कुश्ती मैदान जिन्हें नौजवान दरम्यान क्या डिग डिग उठते दलेर सोनिया राधिया के पक्के हौसले नहीं छड़दे और जिन्होंने अतीत विच हारा देखिया उही ने फ्यूचर च झंडे गड़दे के मूंह के उत्ते दिंदे लोग हल्ला शेरियां पिठ पिछे काले होंदे थले लाउणों के मेहरतां दी सूई रख लाल टकते नीली छत वाला बैठा गल सिरे लाउणों के मेहनतां दी सूई रख लाल टकते नीली छत वाला बैठा है गल सिरे लाउणों वाकया गल्लां सिरे दीआं होणगीआं इन्हां पहलवानां दे दरबार बड़ा मशहूर लग्या होया बड़ा मशहूर जान लगी हुई है कहिंदा सरम सियाणप सादगी और तिन्ने गहने मटियार दे करे आके जिहड़ा चुल्हे वल झाकदा लख लाणदा इहो जिहे यार दे कि चुप कीते आउंदे नहीं ओ खुसरे ते रौला पा के आउंदे नहीं ओ चोर मारसा नहीं ओ लगदे दरख्तां नूं हौसले ना तकड़ी च तोले जाते जोर पारसा नहीं ओ लगते दरख्तों नूं हौसले ते ना तकड़ी च तोले जाते जोर पारसा वाकया जोर लग्या होया है सनी सदमा विंड ते रफीक पहलवान मैद बरबई हेलो साढ़े बहुत ही सत्कारयोग कनेडा निवासी सरदार गुरवीर सिंह जी बगड़ अते उन्हां दे भरा सरदार शरजीत सिंह जी माणा जूके उन्हां वल्लों 3100 रुपया ਸਿੰਝ ਕਮੇਟੀ ਨੂੰ ਆਪਣਾ ਯੋਗਦਾਨ ਪਾਇਆ ਸਿੰਝ ਕਮੇਟੀ ਵੱਲੋਂ ਪੰਚਾਇਤ ਵੱਲੋਂ ਨਗਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਭਾਈ ਸਨੀ ਤੇ ਰਫੀਕ ਆਓ ਦੌੜ ਕੇ ਜਲਦੀ ਨਾਲ ਸਨੀ ਸਦਮਾ ਬੇਟ ਤਰਜੀਤ ਸਿੰਘ ਜੀ ਬਾਣਾ ਸੋਰੀ ਤੇ ਰਫੀਕ ਪਹਿਲਵਾਨ ਮਹਿੰਦਪੁਰ ਹੈਲੋ ਮੈਂ ਵੇਖ ਰਿਹਾ ਇਹ ਸਿੰਝ ਕਮੇਟੀ ਦੇ ਇੱਧਰ ਦਾ ਟੋ ਇੱਧਰ ਦੱਸ ਪੁਰਾਣੇ ਆਰਗੇਨਾਈਜ਼ਰ ਨੰਬਰਦਾਰ ਸਾਧੂ ਸਿੰਘ ਜੀ ਜਿਹੜੇ ਕਿ ਅੱਜ ਸਾਡੇ ਵਿੱਚ ਨਹੀਂ ਉਹਨਾਂ ਦੇ ਛੋਟੇ ਭਾਈ ਸਾਹਿਬ ਸਰਦਾਰ ਗੁਰਮੇਲ ਸਿੰਘ ਜੀ ਕੇਲੀ ਉਹ ਮੰਚ ਦੇ ਉਹ ਅਖਾੜੇ ਦੇ ਬਾਹਰ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਮੰਚ ਤੇ ਆਉਣ ਦੀ ਕਿਰਪਾਲਤਾ ਕਰਨ ਕੁਰਸੀ ਤੇ ਬੈਠਣ ਲਈ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਤੇ ਅਸੀਂ ਬੜੇ ਹੀ ਉਹਨਾਂ ਦੇ ਧੰਨਵਾਦੀ ਹੋਵਾਂਗੇ ਸਰਦਾਰ ਗੁਰਮੇਲ ਸਿੰਘ ਜੀ ਗੇਲੀ ਛੋਟੇ ਭਾਈ ਸਾਹਿਬ ਨੇ ਜੋ ਕਿ ਨੰਬਰਦਾਰ ਸਾਧੂ ਸਿੰਘ ਜੀ ਦੇ ਉਹ ਮੰਚ ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰ ਬਾਈ ਸਾਗਲ ਸਿੱਧਵਾ ਬੇਟ ਚੰਦ ਪਹਿਲਵਾਨ ਪੱਖੋਂ ਕੇ ਆ ਜਾਓ ਪਹਿਲਵਾਨ ਦੌੜ ਕੇ ਦੋਨੋਂ ਮੱਲ ਸਾਗਲ ਪਹਿਲਵਾਨ ਸਿੱਧਵਾ ਬੇਟ ਚੰਦ ਪਹਿਲਵਾਨ ਪੱਖੋਂ ਕੇ आओ पहलवान अगली कुश्ती दे बहुत ही वधिया मुकाबला मल्ला दरम्यान चल रहा होया है शानदार कुश्ती दंगल बोपारा कलां दी पवित्र धरती ते चलदा होया है उत्थे जिन्ने पहलवान पहुंचे सारियां दा बहुत बहुत धन्नवाद है ते मैदान दे विच जदों जायज करदे देखदे आं कौन जितदा कौन हरदा है इन्हां नौजवानां दरम्यान कहिंदा रख भरोसा तू पहलवाना ਉਹ ਨੀਲੀ ਛਤਰੀ ਵਾਲੇ ਤੇ ਇੱਕ ਦਿਨ ਤੈਨੂੰ ਮਿਲੂ ਤਰੱਕੀ ਸਖਤ ਕਾਲਣਾ ਕਾਲੇ ਤੇ ਚਰਚੇ ਤੇਰੇ ਹੋਵਣਗੇ ਫਿਰ ਟੀਵੀ ਵਿੱਚ ਅਖਬਾਰਾਂ ਦੇ ਨਿੱਤ ਸੁਨੇਹੇ ਫੋਨ ਆਉਣਗੇ ਵੱਡਿਆਂ ਸੁਪਰ ਸਟਾਰਾਂ ਦੇ ਪਹਿਲਵਾਨ ਜੀ ਭਾਜੀ ਭਾਜੀ ਦੁਨੀਆ ਅੱਖ ਬੁਲਾਵੇਗੀ ਔਰ ਰਾਜੇ ਖੇਲੇ ਦੀ ਗੱਲ ਆਖੀ ਇੱਕ ਦਿਨ ਚੇਤੇ ਆਵੇਗੀ ਬਹੁਤ ਹੀ ਸ਼ਾਨਦਾਰ ਕੁਸ਼ਤੀ ਦੰਗਲ ਹੈ ਸਗਲ ਸਦਮਾ ਬੇਟ ਜਲਦੀ ਨਾਲ ਵਿੱਚ ਪੁੱਜੇ ਤੇ ਚੰਨ ਪਹਿਲਵਾਨ ਪੱਖੋਗੇ ਚੰਨ ਆਓ ਦੌੜ ਕੇ ਮੇਰੇ ਕੋਲ ਪਾਸੀ ਲਓ ਸਗਲ ਪਹਿਲਵਾਨ ਸਦਮਾ ਬੇਟ ਤੇ ਚੰਨ ਸਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਆ ਕਿ ਸਾਡੇ ਨਗਰ ਬੋਪਰਾ ਕਲਾਂ ਦਾ ਇੱਕ ਪਹਿਲਵਾਨ ਟੋਆ ਪਹਿਲਵਾਨ ਜੋ ਕਿ ਜੇਤੂ ਹੋਇਆ ਸਾਡੇ ਨਗਰ ਨੂੰ ਬਹੁਤ ਖੁਸ਼ੀ ਆ ਸਾਡੇ ਨਗਰ ਦਾ ਇੱਕ ਪਹਿਲਵਾਨ ਜਿਹਨੇ ਸਾਡੇ ਨਗਰ ਦਾ ਨਾਂ ਉੱਚਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਗੁਰਵਿੰਦਰ ਪਹਿਲਵਾਨ ਮੋਰੋਂ ਕੈਪਾ ਪਹਿਲਵਾਨ ਰਾਮੇਵਾਲ ਕੇਬਾ ਪਹਿਲਵਾਨ ਰਾਮੇਵਾਲ ਆਓ ਪਹਿਲਵਾਨ ਦੀ ਪਰਚੀ ਲਓ ਮੇਰੇ ਕੋਲ ਜਲਦੀ ਨਾਲ ਚ
ਰਵਿੰਦਰ ਮੋਰੋ ਤੇ ਕੇਬਾ ਪਹਿਲਵਾਨ ਰਾਮੇਵਾਲ ਵਾਂਦੀ ਪਰਚੀ ਲੈ ਲਓ ਮੇਰੇ ਕੋਲ ਜਲਦੀ ਨਾਲ ਵਾਦੀ ਵਾਦੀ ਓਰੀਸਾ ਕਹਿੰਦਾ ਅੰਮ੍ਰਿਤ ਜਿਕਰ ਤੰਤ ਗੂੰਜਦੀ ਤੱਕ ਤੱਕ ਸੀਨਾ ਧੜਕੇ ਔਰ ਨਾਲ ਮਾਸਟਰ ਹਿੱਕਾਂ ਗੁੰਦੀਆਂ ਫੜਦੇ ਨੇ ਅੜ ਅੜ ਕੇ ਜੋਰਾਂ ਵਾਲੇ ਚੋਰ ਪਰਖਦੇ ਵਿੱਚ ਮੈਦਾਨੀ ਖੜਕੇ ਔਰ ਸੁਖੀਆ ਪਹਿਲਵਾਨਾਂ ਨੂੰ ਲੋਕੀ ਕਹਿੰਦੇ ਤੱਕਦੇ ਨੇ ਦਿਲ ਫੜਕੇ ਸੁਖੀਆ ਪਹਿਲਵਾਨਾਂ ਨੂੰ ਲੋਕੀ ਕਹਿੰਦੇ ਤੱਕਦੇ ਨੇ ਦਿਲ ਫੜਕੇ ਬਈ ਨਾਲੇ ਪਹਿਲਵਾਨ ਅਗਲੀ ਕੋਸ਼ਿਸ਼ ਦੇ ਵੱਲ ਤਿਆਰ ਹੋ ਜਾਣਗੇ ਹਰਵੀਰ ਪਹਿਲਵਾਨ ਫਗਵਾੜਾ ਅਜੇ ਪਹਿਲਵਾਨ ਆਰਸੀਐਫ ਹਰਵੀਰ ਤੇ ਅਜੇ ਪਹਿਲਵਾਨ ਬਈ ਮਿਹਨਤ ਨੂੰ ਪਵੇ ਕਦੇ ਚੋਰ ਬਈ ਚੂਰੀ ਮਾਂ ਦੀ ਤੇ ਹੱਲਾ ਸ਼੍ਰੀ ਬਾਪੂ ਦੀ ਹਰਿੰਦਰਾ ਉਹ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੰਦਿਆ ਟੀਕੇ ਲਾ ਕੇ ਦਲੇਰੀਆਂ ਨਾ ਆਉਂਦੀਆਂ ਉਹ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੰਦਿਆ ਟੀਕੇ ਲਾ ਕੇ ਦਲੇਰੀਆਂ ਨਾ ਆਉਂਦੀਆਂ ਚੱਲਦਾ ਹੋਇਆ ਮੱਲ ਜੁੱਦਾ ਕਿ ਰਸ਼ ਅੰਮੀ ਦੀ ਚੂਰੀ ਦਾ ਉਹ ਬਾਪੂ ਕੁੱਟ ਬਦਾਮ ਖਵਾਉਂਦਾ ਭੈਣ ਦੁੱਧ ਪਿਆਉਂਦੀ ਹੈ ਮਾਲਕ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਹੈ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਹੈ ਵਾਕਿਆ ਵੱਖਰੇ ਜੋਹਰ ਇਹਨਾਂ ਨੌਜਵਾਨਾਂ ਦਰਮਿਆਨ ਹਰਵਿੰਦਰ ਫਗਵਾੜ ਹਰਵੀਰ ਫਗਵਾੜਾ ਤੇ ਅਜੇ ਪਹਿਲਵਾਨ ਆਰ ਸੀ ਐਫ ਇਹ ਦੋਨੋਂ ਵਾਰ ਪਰਚੀ ਲੈ ਲਓ ਮੇਰੇ ਕੋਲੋਂ ਹਰਵੀਰ ਆ ਜਾਓ ਦੌੜ ਕੇ ਹਰਵੀਰ ਪਹਿਲਵਾਨ ਫਗਵਾੜਾ ਅਜੇ ਪਹਿਲਵਾਨ ਆਰ ਸੀ ਐਫ ਚਲੋ ਮਨ ਪਰਲੇ ਪਾਸੇ ਹੋ ਜਾਇਓ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਵਿੱਚ ਚੱਲਦੀ ਹੈ ਨਾ ਨੌਜਵਾਨਾਂ ਦਰਮਿਆਨ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਰਦਾ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਖੇਡੇ ਔਰ ਡੌਲਿਆਂ ਨੂੰ ਯਾਰੋ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਸਰਦਾਰ ਬਿੰਦਰ ਸਿੰਘ ਜੀ ਕਹਿ ਚੱਕ ਮੁਗਲਾਣੀ ਤੋਂ ਉਹਨਾਂ ਦਾ ਵੀ ਮਾਨ ਸਨਮਾਨ ਕਰਨਾ ਮੈਂ ਸਰਦਾਰ ਪ੍ਰਗਟ ਸਿੰਘ ਨੂੰ ਬੇਨਤੀ ਕਰਦਾ ਜਸਵੀਰ ਸਿੰਘ ਨੂੰ ਇਹਨਾਂ ਦਾ ਮਾਨ ਸਨਮਾਨ ਕਰੋ ਜੀ ਸਰਦਾਰ ਬਿੰਦਰ ਸਿੰਘ ਜੀ ਕਹਿ ਚੱਕ ਮੁਗਲਾਣੀ ਉਧਰ ਧੰਨਵਾਦ ਹੈ ਨਾਲੇ ਪਹਿਲਾ ਪਹਿਲਵਾਨ ਬਿਸ਼ਨਪੁਰੋਂ ਵੀ ਉੱਚੇ ਤੌਰ ਤੇ ਪੁੱਜਿਆ ਹੋਇਆ ਹੈ ਹਾਰਦਿਕ ਸਵਾਗਤ ਨੇ ਜੀ ਜੀਆਂ ਨੂੰ ਬੜਾ ਵਧੀਆ ਨਾਲ ਜਿਹੜਾ ਆਪਣੇ ਸਮੇਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਪਹਿਲਾ ਪਹਿਲਵਾਨ ਜੀ ਬਿਸ਼ਨਪੁਰੋਂ ਵੀ ਉੱਚੇ ਤੌਰ ਤੇ ਪੰਡਿਤ ਜੀ ਆਏ ਹੋਏ ਨੇ ਰਾਜੂ ਪਹਿਲਵਾਨ ਬੈਠ ਪਰ ਤੇ ਤਾੜੀ ਆਰਮਗੀਰ ਬਈ ਰਾਜੂ ਪਹਿਲਵਾਨ ਜੀ ਆ ਜਾਂਦੇ ਨਾਲ ਦੌੜ ਕੇ ਘੁੰਮ ਗਿਆ ਬਣਾਤੀ ਬਣਾਤੀ ਆਪਾਂ ਵੀ ਤੁਹਾਡੀ ਬੜੀ ਬਣਾ ਲਈਏ ਵਾਹ ਵੀ ਵਾਹ ਚੱਲਦੀ ਹੋਈਆਂ ਕੁਸ਼ਤੀਆਂ ਨਾ ਪਹਿਲਵਾਨਾਂ ਦਰਮਿਆਨ ਬਈ ਨਾਲੇ ਗੋਲੂ ਪਹਿਲਵਾਨ ਤੇ ਸੈਫ ਅਲੀ ਫਗਵਾੜਾ ਗੋਲੂ ਕਹਾੜੀ ਕਹਾਲੀ ਤੇ ਸੈਫ ਅਲੀ ਪਹਿਲਵਾਨ ਫਗਵਾੜਾ ਇਹ ਮਾਲਵੀ ਜਿਹੜੇ ਬਿਲਕੁਲ ਤਿਆਰ ਵਿਚਾਰਨਗੇ ਅਗਲੀਆਂ ਕੁਸ਼ਤੀਆਂ ਤੇ ਉਧਰ ਸ਼ਾਨਦਾਰ ਮੁਕਾਬਲਾ ਤੇ ਮੂਹਰੇ ਖੜ ਕੇ ਹੌਸਲਾ ਕਰਕੇ ਸਾਡੇ ਬੋਲੀ ਸਰਕਾਰ ਜੋ ਸਰਦਾਰ ਹਰਸ਼ਪਾਲ ਸਿੰਘ ਜੀ ਕੈਨੇਡਾ ਰਾਜ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਉਹਨਾਂ ਨੂੰ ਵੀ
ਭਾਈ ਸਰਦਾਰ ਗੁਰਮੇਲ ਸਿੰਘ ਜੀ ਮਹਿਰ ਸਰਦਾਰ ਗੁਰਮੇਲ ਸਿੰਘ ਜੀ ਨੇ ਉਹਨਾਂ ਦਵਈਆ ਨੇ ਉਹਨਾਂ ਦਾ ਵੀ ਮਾਨ ਸਨਮਾਨ ਹੋਣ ਲੱਗਾ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਮੇਲ ਸਿੰਘ ਜੀ ਮਾਸਟਰ ਵਿਸ਼ਵਾਸ ਸਿੰਘ ਜੀ ਕਨੇਡਾ ਵਾਸੀ ਉਹਨਾਂ ਵੱਲੋਂ ਸਹਿਜ ਕਮੇਟੀ ਨੂੰ 500 ਰੁਪਇਆ ਦਾ ਯੋਗਦਾਨ ਪਾਇਆ ਉਹਨਾਂ ਵੱਲੋਂ ਵੀ ਸਹਿਜ ਕਮੇਟੀ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਵਾਹ ਜੀ ਵਾਹ ਨਹੀਂ ਹੋਰੀ ਸਾਂ ਬਈ ਗੁੱਲੂ ਪਹਿਲਵਾਨ ਕੋਹਾਲੀ ਤੇ ਸੈਫ ਅਲੀ ਫਗਵਾੜਾ ਪਹਿਲਵਾਨ ਇਹ ਵੀ ਮੰਨ ਜਾਏਗਾ ਬਿਲਕੁਲ ਤਿਆਰ ਵਿਚਾਰਨਗੇ ਉਹਦੇ ਚੱਲਦਾ ਹੋਇਆ ਮੁਕਾਬਲਾ ਇਹਨਾਂ ਮੱਲਾਂ ਦੇ ਦਰਮਿਆਨ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਟਦਾ ਹੈ ਆਹ ਤਾਂ ਸਮੇਂ ਦੀਆਂ ਹੋਣੀਆਂ ਹੈ ਕਈ ਗੁੰਦ ਮੇਰੇ ਸਰੀਰਾਂ ਵਾਲੇ ਸਭਾ ਨੇ ਫਕੀਰਾਂ ਵਾਲੇ ਬਣ ਗਏ ਨੇ ਹੀਰੇ ਇਹ ਖੇਡ ਸੰਸਾਰ ਦੇ ਉਹ ਚਾਵਾਂ ਨਾਲ ਵੇਖੋ ਗੁੰਦ ਮੇਰੇ ਸਰੀਰਾਂ ਨੂੰ ਸ਼ਿੰਗਾਰਦੇ ਕਿਸੇ ਨੇ ਬਣਾਇਆ ਯਾਰੋ ਨਾਲੇ ਉੱਤੇ ਬਾਜਵਾਈ ਉਹਦੇ ਧੰਨਵਾਦ ਸਰਦਾਰ ਬਲਕਾਰ ਸਿੰਘ ਜੀ ਲੱਦੜਾ ਪੀਤਾ ਲੱਦੜਾ ਉਹ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਵੱਡੇ ਮਾਨਸਮਾਨ ਵੀ ਜਿਹੜੇ ਪੁੱਜਦੇ ਹੋਏ ਨੇ ਮੋਲਾਂ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸ਼ਾਨਦਾਰ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਚੱਲ ਹੋਇਆ ਗੁੱਲੂ ਪਹਿਲਵਾਨ ਕੋਹਾਲੀ ਤੇ ਸੈਫ ਅਲੀ ਫਗਵਾੜਾ ਇਹ ਮਾਰੇ ਜਿਹੜੇ ਤਿਆਰ ਹੋ ਕੇ ਰਾਜੀ ਨਾਲ ਬਚਾਉਣਗੇ ਤਾਰੀ ਪਹਿਲਵਾਨ ਤੇ ਰਾਜੂ ਪਹਿਲਵਾਨ ਕੁਸ਼ਤੀ ਜਿਹੜੀ ਸ਼ੁਰੂ ਕਰ ਲਏ ਦੋਨੋਂ ਮੱਲ ਵਾਹ ਵੀ ਵਾਹ ਨਹੀਂ ਹੋ ਰਿਸਾ ਚੱਲ ਹੀ ਕੁਸ਼ਤੀ ਕੇ ਮਹਾਬਲੀ ਰਨ ਜੂਝਦੇ ਬਹੁਤੇ ਤਲਵਾਰਾਂ ਉਹ ਸੁਟਾਂਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਕੇ ਜਸ਼ਨ ਮਨਾਈਏ ਗੱਲ ਕਰੇ ਨਾ ਹਾਰੋ ਗੱਲ ਕਰ ਸਾਡਾ ਬੇਇੱਜ਼ਤੀ ਕਰਾਉਂਦੇ ਆ ਬੋਲ ਨਾ ਬੋਲੀਏ ਕਰ ਤਾਰੇ ਦਰੀਏ ਹੋ ਮੱਤੇ ਬੋਲ ਨਾ ਬੋਲੀਏ ਕਰ ਤਾਰੇ ਦਰੀਏ ਭਾਈ ਸੈਫ ਅਲੀ ਫਗਵਾੜਾ ਬੇਇੱਜ਼ਤੀ ਕਰਾਉਣਾ ਕਹਿੰਦਾ ਲਾਈਵ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਮੇਰੀ ਵੀ ਦੋਨੇ ਵੀ ਨੋਟ ਕਰ ਲਿਓ ਧੰਨਵਾਦ ਥੈਂਕ ਯੂ ਵਾਹ ਵੀ ਵਾਹ ਬਹੁਤ ਬਹੁਤ ਧੰਨਵਾਦ ਹੈ ਲਾਓ ਦਰਸ਼ਕੋ ਲਾਓ ਤਾੜੀਆਂ ਫਿਰ ਯੋਦਰ ਕੁਸ਼ਤੀ ਸ਼ੁਰੂ ਕਰਾਈਏ ਪਹਿਲਵਾਨਾਂ ਦੀ ਬਹੁਤ ਬਹੁਤ ਧੰਨਵਾਦ ਇੱਕ ਪਾਸੇ ਧਰਮਿੰਦਰ ਕੋਹਾਲੀ ਮਾਝੇ ਦਾ ਮਜਾਇਆ ਤੇ ਦੂਸਰੇ ਪਾਸੇ ਆਏ ਪ੍ਰਿਤਪਾਲ ਪਹਿਲਵਾਨ ਫਗਵਾੜੇ ਦੀ ਧਰਤੀ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਹੈ ਬਾਹੂ ਪਹਿਲਵਾਨ ਦਾ ਸ਼ਿੰਗਰਦਾ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਹੈ ਕਹਿੰਦਾ ਕੋਈ ਉੱਠ ਤੜਕੇ ਬਦਾਮ ਰਗੜੇ ਤੇ ਕੋਈ ਬੈਠਾ ਬੈਡ ਤੇ ਮੋਬਾਈਲ ਵੇਖਦਾ ਹੁਣ ਟਾਰਗੇਟ ਜਿਨ੍ਹਾਂ ਨੇ ਅਚੀਵ ਕਰਨੇ ਹੁਣ ਢਾਣੀਆਂ ਜਮੈ ਕੇ ਧੂਣੀਆਂ ਦੀ ਛੇਕਦਾ ਸਤਾਰਵੇਂ ਪਛਾਣ ਮੁੱਤ ਫੁੱਟਦੀ ਜਦੋਂ ਉਦੋਂ ਨੂੰ ਤਾਂ ਅੱਧਾ ਜੱਗ ਜਿੱਤ ਹੋ ਜਾਵੇ ਸੋਨੀ ਇੰਨਾ ਬੰਦੇ ਚ ਜਨੂਨ ਚਾਹੀਦਾ ਕਿ ਦਿਨ ਰਾਤ ਮਿਹਨਤਾਂ ਨਾਲ ਇੱਕ ਹੋ ਜਾਵੇ ਸੋਨੀ ਇੰਨਾ ਬੰਦੇ ਚ ਜਨੂਨ ਚਾਹੀਦਾ ਕਿ ਦਿਨ ਰਾਤ ਮਿਹਨਤਾਂ ਨਾਲ ਇੱਕ ਹੋ ਜਾਵੇ ਵਾਕਿਆ ਕੀਤੀਆਂ ਮਿਹਨਤਾਂ ਤੇ ਖਾਧੀਆਂ ਹੋਈਆਂ ਖੁਰਾਕਾਂ ਇੱਕ ਪਾਸੇ ਪ੍ਰਿਤਪਾਲ ਹੈ ਤੇ ਦੂਸਰੇ ਪਾਸੇ ਕੋਹਾਲੀ ਵਾਲਾ ਧਰਮਿੰਦਰ ਹੈ ਪਦਾਰਥ ਪਹਿਲਵਾਨ ਦਾ ਸ਼ਿੰਗਰਦ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਹੈ ਕਹਿੰਦਾ ਪੱਟਾਂ ਉੱਤੇ ਵੱਜਣ ਥਾਪੀਆਂ ਹਿੱਕਾਂ ਦੇ ਵਿੱਚ ਤੱਕੇ ਉਹ ਵਿੱਚ ਮੈਦਾਨ ਦੇ ਗੱਭਰੂ ਭਿੜਦੇ ਦੁਨੀਆਂ ਖੜ ਖੜ ਤੱਕੇ ਸੁੱਖੀ ਲੋਕੋ ਕੁਸ਼ਤੀ ਹੈਗੀ ਹੈ ਮਾਂ ਦੇ ਪੁੱਤ ਦਲੇਰਾ ਦੀ ਧਰਮਿੰਦਰ ਪਹਿਲਵਾਨ ਲੜ ਲਿਆ ਘੁਆਲੀ ਵਾਲਾ ਬਈ ਇਹ ਆਨੰਦਪੁਰ ਸਾਹਿਬ ਤੋਂ ਰੁਸਤਮ ਹਿੰਦ ਦਾ ਜੇਤੂ ਆ ਇਹਨੇ ਬਹੁਤ ਵੱਡੀ ਕੁਸ਼ਤੀ ਜਿੱਤ ਕੇ ਰੁਸਤਮ ਹਿੰਦ ਬਣਿਆ ਸੀ ਉੱਥੇ ਦੂਜੇ ਪਾਸੇ ਪਹਿਲਵਾਨ ਜਿਹੜਾ ਪ੍ਰਿਤਪਾਲ ਆ ਇਹ ਵੀ ਪੰਜਾਬ ਕੇਸੀ ਦਾ ਜੇਤੂ ਆ ਵੀ ਰੁਸਤਮ ਪਹਿਲਵਾਨ ਆ ਬਹੁਤ ਵਧੀਆ ਕੁਸ਼ਤੀਆਂ ਲੜਿਆ ਬਾਬੇ ਦੋ ਗੁਤਾਲੇ ਦੇ ਇੱਥੇ ਅਸੀਂ ਇਹ ਦੋਨੇ ਮੱਲ ਬਹੁਤ ਵਧੀਆ ਵਾ ਨਵੀਂ ਉਮਰ ਦੇ ਆ ਤੇ ਧਰਮਿੰਦਰ ਜਿਹੜਾ ਪਹਿਲਵਾਨ ਰੁਸਤਮ ਹਿੰਦ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਣਿਆ ਸੀਗਾ ਧੰਨਵਾਦ ਵਾਹ ਵੀ ਵਾਹ ਨਹੀਂ ਉੜੀਸਾ ਦੋਨੋਂ ਮੱਲ ਅੱਜ ਦੇ ਸਮੇਂ ਦੇ ਸੁਪਰ ਸਟਾਰ ਵਾਕਿਆ ਸਰੇ ਦੇ ਮੱਲ ਹੈ ਦੋਨੇ ਪਹਿਲਵਾਨਾਂ ਦੇ ਮੈਚ ਚੱਲ ਹੀ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਹੈ ਇਹ ਬਾਤਾਂ ਸਮੇਂ ਦੀਆਂ ਹੋਣੀਆਂ ਨੇ ਨੌਜਵਾਨਾਂ ਦਰਮਿਆਨ ਬਾਤਾਂ ਸਮੇਂ ਦੀਆਂ ਹੋਣੀਆਂ ਹੈ ਕਿ ਸ਼ੀਸ਼ੇ ਅੱਗੇ ਕਰਤਾ ਡੌੜੇ ਹਰ ਕੋਈ ਤੱਕਦਾ ਏ ਪਰ ਮੈਨੂੰ ਕੋਈ ਨਾ ਤੱਕੜਾ ਬੜੇ ਭਲੇਖੇ ਰੱਖਦਾ ਏ ਕਹਿੰਦਾ ਨਾਲ ਬਗਾਨਿਆਂ ਜਦ ਮਿੱਤਰੋਂ ਪੇਸ਼ੇ ਪੈਂਦੇ ਨੇ ਹੱਥ ਸ਼ੇਰਾਂ ਨਾਲ ਜੁੜਦੇ ਪੱਟਾਂ ਨਾਲ ਪੱਟ ਵੀ ਖੇਡੇ ਨੇ ਉਹ ਸ਼ੇਰੇ ਗਹਿਲ ਮਜ਼ਾਰੀ ਵਾਲਿਆ ਹੁੰਦੇ ਭੇੜ ਫਿਰ ਸਾਨਾ ਦੇ ਉਹ ਜੋਰ ਤਾਂ ਮਿੱਤਰ ਪਰਖੇ ਜਾਂਦੇ
ਵਿੱਚ ਮੈਦਾਨਾਂ ਦੇ ਕਿ ਜੋਰ ਦਾ ਮਿੱਤਰ ਪਰਖੇ ਜਾਂਦੇ ਵਿੱਚ ਮੈਦਾਨਾਂ ਦੇ ਵਾਕਿਆ ਜੋਰ ਦਾ ਪਰਖੇ ਜਾਂਦੇ ਆ ਵਿੱਚ ਮੈਦਾਨਾਂ ਦੇ ਬਹੁਤ ਹੀ ਸੋਹਣਾ ਮੁਕਾਬਲਾ ਮੈਦਾਨ ਦੇ ਵਿੱਚ ਹੈ ਕਹਿੰਦਾ ਮੌਲਿਆਂ ਦੇ ਕੋਲੋਂ ਅੜੇ ਗੱਡੇ ਕੱਢੇ ਜਾਂਦੇ ਨਾ ਉਹ ਸੁੱਖੀ ਲੋਕੋ ਬਾਦੀਆਂ ਚ ਲੱਕੇ ਛੱਡੇ ਜਾਂਦੇ ਨਾ ਉਧਰ ਬਲਕਾਰ ਭਾਜੀ ਲੱਗਣਾ ਤੇ ਮਾਣਾ ਬੋਪਰਾ ਵਾ ਉਹਨਾਂ ਦੇ ਵੱਲੋਂ 1100 ਰੁਪਏ ਜੀ ਹਾਂ 1100 ਰੁਪਇਆ ਹੋਵੇਗਾ ਜੇਤੂ ਪਹਿਲਵਾਨ ਦੇ ਲਈ ਵੀ ਨੋਟ ਕਰਦੇ 1100 ਦੇ ਮਾਣ ਹੋਣਗੇ ਬਹੁਤ ਹੀ ਸੋਹਣਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਦੋਨੋਂ ਮੱਲਾਂ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਕਿ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਦੇ ਆ ਉਧਰ ਦੇ ਨਵੀਆਂ ਗਰਾਰੀਆਂ ਦੇ ਤੋੜ ਦਿੰਦੇ ਆ ਕਿ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਦੇ ਆ ਉਧਰ ਦੇ ਨਵੀਆਂ ਗਰਾਰੀਆਂ ਦੇ ਭੂਰ ਦਿੰਦੇ ਆ ਬਹੁਤ ਹੀ ਸੋਹਣਾ ਮੁਕਾਬਲਾ ਮੱਲਾਂ ਦਰਮਿਆਨ ਚੱਲਦਾ ਹੋਇਆ ਬਾਤਾਂ ਸਮੇਂ ਦੀਆਂ ਨੋਟ ਕਰਨਗੇ ਜਿੰਨਾ ਟਾਈਮ ਕੁਸ਼ਤੀ ਸਟਾਪ ਹੋਊਗੀ ਭਾਵੇਂ ਮਿੱਟੀ ਪਾਉਂਦੇ ਹੋ ਭਾਵੇਂ ਲੰਗੋਟਾ ਖੁੱਲਦਾ ਕੁਛ ਵੀ ਹੁੰਦਾ ਉਹਨਾਂ ਟਾਈਮ ਸਟਾਪ ਆ ਤੇ ਸਮਾਂ ਵੀ ਜਿਹੜਾ ਰੋਕਿਆ ਜਾਊਗਾ ਪੂਰੇ 20 ਮਿੰਟ ਦਾ ਪਹਿਲਾਂ ਖੁੱਲ੍ਹਾ ਸਮਾਂ ਦੇਣਾ ਜਿੰਨਾ ਟਾਈਮ ਕੁਸ਼ਤੀ ਰੁਕੂਗੀ ਉਹਨਾਂ ਸਮਾਂ ਜਿਹੜਾ ਭਰਾ ਜੀ ਕਹਿੰਦੇ ਸਟਾਪ ਆ ਚ ਸਟਾਪ ਕਰ ਦੇਣੀ ਹੈ ਇਹ ਦੋਨੋਂ ਮਾਰ ਜਿਹੜੇ ਨੋਟ ਕਰਨਗੇ ਭਾਈ ਨਾਲੇ ਨੋਟ ਕਰਿਓ ਬੋਪਾ ਰਮਨ ਦੀ ਧਰਤੀ ਤੇ 5 ਤਰੀਕ ਨੂੰ ਜਿਹੜਾ ਕਬੱਡੀ ਕੱਪ ਵੀ ਕਰਾਇਆ ਜਾ ਰਿਹਾ ਜਿੱਥੇ ਟੂਰਨਾਮੈਂਟ ਹੋਵੇਗਾ ਇਹ ਵੀ ਨੋਟ ਕਰਦੇ ਜਾਇਓ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਦੋਨੋਂ ਮੱਲਾਂ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਕਿ ਮੌਲਿਆਂ ਦੇ ਕੋਲੋਂ ਅੜੇ ਗੱਡੇ ਕੱਢੇ ਜਾਂਦੇ ਨਾ ਉਹ ਸੁੱਖੀ ਲੋਕੋ ਬਾਦੀਆਂ ਚ ਲੱਕੇ ਛੱਡੇ ਜਾਂਦੇ ਨਾ ਵੱਡੇ ਵੱਡੇ ਮੱਲ ਬਿਰਲੇ ਹੀ ਬਣਦੇ ਸੌਖੇ ਹੋਦੇ ਦੀ ਦਲੇਰ ਪੁੱਤ ਢੌਣੇ ਲੋਕੋ ਵਾਲਿਆ ਕਿ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਬਰੇ ਪਟਾਰੀ ਵਿੱਚ ਪੌਣੇ ਲੋਕੋ ਵਾਲਿਆ ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਬਰੇ ਪਟਾਰੀ ਵਿੱਚ ਪੌਣੇ ਲੋਕੋ ਵਾਲਿਆ ਵਾਕਿਆ ਮਨ ਪਿੜਦਿਆਂ ਮੈਦਾਨ ਦੇ ਵਿੱਚ ਕਹਿੰਦਾ ਪੱਟਾਂ ਉੱਤੇ ਵੱਜਣ ਥਾਪੀਆਂ ਹਿੱਕਾਂ ਦੇ ਵਿੱਚ ਤੱਕੇ ਵਿੱਚ ਮੈਦਾਨ ਦੇ ਗੱਭਰੂ ਪਿੜਦੇ ਦੁਨੀਆ ਖੜ ਖੜ ਤੱਕੇ ਔਰ ਸੁੱਖੀ ਲੋਕੋ ਕੁਸ਼ਤੀ ਹੈਗੀ ਆ ਮਾਂ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਚੋਣੇ ਜੰਮਦੀ ਕੀ ਸਿਫਤ ਕਰਾਂ ਇਹਨਾਂ ਸ਼ੇਰਾਂ ਦੀ ਕਿ ਪੰਜਾਬ ਦੀ ਧਰਤੀ ਚੋਣੇ ਜੰਮਦੀ ਕੀ ਸਿਫਤ ਕਰਾਂ ਇਹਨਾਂ ਸ਼ੇਰਾਂ ਦੀ ਵਾਕਿਆ ਸ਼ੇਰ ਬੱਬਰ ਸ਼ੇਰ ਮੈਦਾਨ ਦੇ ਵਿੱਚ ਪਿੜਦੇ ਆ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਹੈ ਬਾਤਾਂ ਸਮੇਂ ਦੀਆਂ ਹੋਣੀਆਂ ਹੈ ਕਿ ਸੂਰਜ ਵੀ ਅੱਗ ਵਰਸਾਵੇ ਧੁੱਪਾਂ ਗੇਟ ਤੇ ਹਾਰਦੀਆਂ ਉਹ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾਰਦੀਆਂ ਪੋ ਮਾਗ ਵਿੱਚ ਛੱਡਿਆ ਯਾਰੋ ਨਿੱਘ ਰਜਾਈਆਂ ਦਾ ਸੁੱਖੀ ਕੰਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਕਿ ਸੁੱਖੀ ਕੰਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਬਾਈ ਦਰਸ਼ਕ ਵੀਰੋ ਆਉਂਦਾ ਆਨੰਦ ਫਿਰ ਇੱਕ ਵਾਰ ਤਾੜੀਆਂ ਮਾਰਦੇ ਜ਼ੋਰਦਾਰ ਮੱਲਾਂ ਦੇ ਨਾਂ ਤੇ ਵਾਕਿਆ ਸਿਰੇ ਦਾ ਮੁਕਾਬਲਾ ਪਹਿਲਵਾਨਾਂ ਦਰਮਿਆਨ ਚੱਲਦਾ ਹੋਇਆ ਆ ਦੋਨੋਂ ਮੱਲ ਔਰ ਰੁਸਤਮ ਮੱਲ ਜਿਹੜੇ ਮੈਦਾਨ ਦੇ ਵਿੱਚ ਜੱਦੋ ਜਹਿਦ ਕਰਦੇ ਹੈ ਇੱਕ ਪਾਸੇ ਧਰਮਿੰਦਰ ਹੈ ਤੇ ਦੂਸਰੇ ਪਾਸੇ ਪ੍ਰਿੰਸਪਾਲ ਪਹਿਲਵਾਨ ਫਗਵਾੜੇ ਦੀ ਧਰਤੀ ਦਾ ਬਾਬੂ ਪਹਿਲਵਾਨ ਦਾ ਸ਼ਿਗਰਦ ਹੈ ਬਾਤਾਂ ਸਮਝਦੀਆਂ ਹੋ ਰਹੀਆਂ ਹੈ ਕਿ ਜਿੱਤ ਹਾਰ ਭਗਵਾਨ ਦੇ ਹੱਥ ਹੁੰਦੀ ਹੋਣਾ ਚਾਹੀਦਾ ਦਿਲ ਇਨਸਾਨ ਅੰਦਰ ਫਿੱਕਾ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਣਗੇ ਅੱਜ ਮੈਦਾਨ ਅੰਦਰ ਇਸੇ ਤਰ੍ਹਾਂ ਦਰਸ਼ਕ ਵੀਰੋ ਕੱਲ ਨੂੰ ਖੰਨੇ ਦੇ ਲਾਗੇ ਜਗਤਾਣੇ ਦੀ ਧਰਤੀ ਤੇ ਵੱਡਾ ਕੁਸ਼ਤੀ ਦੰਗਲ ਹੈ ਉੱਥੇ ਵੀ ਜਿਹੜੀ ਇਹੀ ਕੁਸ਼ਤੀ ਬੰਨ ਹੋਈ ਹੈ ਇਹ ਵੀ ਨੋਟ ਕਰਿਓ ਇਹੀ ਕੁਸ਼ਤੀ ਜਗਤਾਣੇ ਦੀ ਧਰਤੀ ਤੇ ਬੰਨ ਹੋਈ ਹੈ 2 ਤਰੀਕ ਨੂੰ ਕੱਲ ਨੂੰ ਜਿਹੜਾ ਵੱਡਾ ਕੁਸ਼ਤੀ ਦੰਗਲ ਹੈ ਤੇ ਨਾਲੇ 2 ਤਰੀਕ
ਦੰਦਰ ਰੌਲਾ ਖਰੋੜ ਤੇ ਕੁਸ਼ਤੀ ਦੰਗਲਦੀ ਹੈ ਜਿੱਥੇ ਪ੍ਰਦੀਪ ਸਪਲੈਂਡਰ ਜੀਰਕਪੁਰ ਤੇ ਰੋਹਿਤ ਦਿੱਲੀ ਦੀ ਕੁਸ਼ਤੀ ਬੰਨੀ ਹੋਈ ਹੈ ਇਹ ਵੀ ਨੋਟ ਕਰਿਓ ਸਰੇ ਦੇ ਮੱਲ ਮੈਦਾਨ ਦੇ ਵਿੱਚ ਪੜਦੇ ਹੈ 14 ਤਰੀਕ 14 ਮਾਰਚ ਸਲਾਣੇ ਦਾ ਕੁਸ਼ਤੀ ਦੰਗਲ ਹੈ ਬਾਬਾ ਮਾੜੂ ਦਾਸ ਜੀ ਦੀ ਯਾਦ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਸਲਾਣੇ ਦੀ ਧਰਤੀ ਤੇ ਬਾਈ ਨਾਰੇ ਨੋਟ ਕਰਿਓ ਕੱਲ ਨੂੰ 2 ਤਰੀਕ ਨੂੰ ਖਾਨਪੁਰ ਟੰਡਿਆਂ ਦੀ ਧਰਤੀ ਦੇ ਵੱਡਾ ਕੁਸ਼ਤੀ ਦੰਗਲ ਹੈ ਹਾਂ ਉੱਥੇ ਗਾਮੇ ਪਹਿਲਵਾਨ ਦੀ ਕੁਸ਼ਤੀ ਬੰਦ ਹੋਈ ਸੀ ਪਰ ਸੱਟ ਲੱਗਣ ਦੇ ਕਾਰਨ ਕੁਸ਼ਤੀ ਚੇਂਜ ਕੀਤੀ ਜਾਣੀ ਹੈ ਛੱਡੇ ਪੱਤਰ ਵਾਲੇ ਮੱਲ ਬੁੱਲ ਕੇ ਵੀ ਨੋਟ ਕਰ ਦਿਓ ਖਾਨਪੁਰ ਟੰਡਿਆਂ ਦੀ ਧਰਤੀ ਤੇ ਇਸੇ ਤਰ੍ਹਾਂ 14 ਤਰੀਕ ਸਲਾਣੇ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਹੋਵੇਗਾ ਹਿੰਦੁਸਤਾਨ ਦੇ ਵੱਡੇ ਮੱਲ ਪੁੱਜਣਗੇ ਇਹ ਵੀ ਨੋਟ ਕਰਿਓ ਉਸ ਤੋਂ ਬਾਅਦ 26 ਮਾਰਚ ਗੌਰੀਪੁਰ ਕਲਿਆਣੇ ਦੀ ਧਰਤੀ ਜਿੱਥੇ ਵੱਡਾ ਕੁਸ਼ਤੀ ਦੰਗਲ ਅਜੇ ਪਹਿਲਵਾਨ ਭਾਰਤ ਵਿੱਚ ਸਭ ਪੱਟੀ ਦੀ ਕੁਸ਼ਤੀ ਹੈ ਗੋਪੀ ਪਹਿਲਵਾਨ ਲੀਲਾ ਤੇ ਅਵਨ ਨਾਇਕ ਪਹਿਲਵਾਨ ਗੌਰੀਪੁਰ ਸੀਪਾ ਰਾਈਏਵਾਲ ਤੇ ਰਵੀ ਪਹਿਲਵਾਨ ਪੇਰਾ ਗੌਰੀਪੁਰ ਕਲਿਆਣੀ ਦੀ ਧਰਤੀ ਤੇ ਰੋਸਤਮ ਹੈ ਪਰਵਿੰਦਰ ਡੂਮਛੜੀ ਦਾ ਵੱਡਾ ਮਾਨ ਸਨਮਾਨ ਹੋਵੇਗਾ ਤੇ ਨਾਲੇ ਬਾਬੇ ਦੀਪੇ ਦਾ ਵੱਡਾ ਮਾਨ ਸਨਮਾਨ ਹੋਵੇਗਾ ਬਾਬਾ ਦੀਪਾ ਜੀ ਦਾ ਇਸੇ ਤਰ੍ਹਾਂ ਵੱਡੇ ਮੱਲ ਜਿਹੜੇ ਪਿੰਡਗੇ ਗੌਰੀਪੁਰ ਕਲਿਆਣੀ ਦੀ ਧਰਤੀ 26 ਮਾਰਚ ਜਿਹੜੀ ਕੁਸ਼ਤੀ ਦੰਗਲ ਦੀ ਡੇਟ ਹੈ ਵੀ ਨੋਟ ਕਰਦੇ ਜਾਇਓ ਬਾਈ ਖਾਨਪੁਰ ਟੰਡਿਆਂ ਦੀ ਧਰਤੀ ਜਿਹੜਾ ਕੁਸ਼ਤੀ ਦੰਗਲ ਹੈ ਕਹਿੰਦੇ ਸਿਰਫ 10 ਅਖਾੜੇ ਸੱਦੇ ਹੋਏ ਆ ਉਹਨਾਂ ਦੀਆਂ ਕੁਸ਼ਤੀਆਂ ਹੋਣੀਆਂ ਇਹ ਵੀ ਨੋਟ ਕਰਦੇ ਜਾਇਓ ਪਹਿਲਵਾਨ 10 ਕਵੀਰਾਂ ਲਈ ਖੁੱਲਾ ਸੱਦਾ ਤੇ ਮੈਦਾਨ ਦੇ ਵਿੱਚ ਆਉਂਦੀ ਹੈ ਕੁਸ਼ਤੀ ਦੇਖਾਂਗੇ ਕੌਣ ਜਿੰਦਾ ਕੌਣ ਹਰਦਾ ਹੈ ਕਹਿੰਦਾ ਸਰਮ ਸਿਆਣਪ ਸਾਦਗੀ ਉਹ ਤਿੰਨੇ ਗਹਿਣੇ ਮਟਿਆਰ ਦੇ ਘਰ ਆ ਕੇ ਜਿਹੜਾ ਚੁੱਲੇ ਵੱਲ ਝਾਕਦਾ ਉਹ ਲੱਖ ਲਾੜਦਾ ਇਹੋ ਜਿਹਾ ਹਜ਼ਾਰ ਦੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸਰੇ ਤੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾ ਤੱਕੜੀ ਚ ਤੋਲੇ ਜਾਂਦੇ ਜੋਰ ਪਾਰਸਾ ਉਹ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾ ਤੱਕੜੀ ਚ ਤੋਲੇ ਜਾਂਦੇ ਜੋਰ ਪਾਰਸਾ ਵਾਕਿਆ ਚੋਰ ਲੱਗਿਆ ਹੋਇਆ ਪਹਿਲਵਾਨਾਂ ਦਰਮਿਆਨ ਦੇਖਦੇ ਆ ਕੌਣ ਜਿਹਦਾ ਕੌਣ ਹਰਦਾ ਹੈ ਕਿ ਦੋਨੇ ਇੱਕੋ ਜਿਹੇ ਸਰੀਰ ਆ ਇੱਕ ਨੇਜਾ ਇੱਕ ਤੀਰ ਪੈਂਦੀ ਦੇਖ ਲੈ ਦਰੀੜ ਔਰ ਰਾਜੇ ਖੇਲੇ ਆਣ ਕੇ ਔਰ ਰੱਖ ਦਿੱਤੀ ਏ ਮਦਾਨਾ ਵਾਲੀ ਮਿੱਟੀ ਛਾਣ ਕੇ ਰੱਖ ਦਿੱਤੀ ਏ ਮਦਾਨਾ ਵਾਲੀ ਮਿੱਟੀ ਛਾਣ ਕੇ ਬਹੁਤ ਹੀ ਸੋਹਣਾ ਮੁਕਾਬਲਾ ਦੋਨੋਂ ਮਨਾਂ ਦੇ ਮੈਚ ਚੱਲਦਾ ਹੋਇਆ ਬਾਤਾਂ ਸਮਝਦੀਆਂ ਬਹੁਤ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੈ ਪਹਿਲਵਾਨਾਂ ਦਰਮਿਆਨ ਸ਼ਾਨਦਾਰ ਮੁਕਾਬਲਾ ਪਹਿਲਵਾਨਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਸੋਹਣੀ ਖੇਡ ਦੇ ਮਾਲਕ ਖੇਡ ਜਦ ਚੰਗੀ ਵਿਖਾਉਂਦੇ ਨੇ ਉਹ ਸੈਂਕੜੇ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਜਿਸ ਮੈਦਾਨ ਚ ਖੇਡਣਾ ਸਦਲੀ ਪੈਣਾ ਪਾ ਜਾਂਦੇ ਉਹ ਜਿੰਦ ਸਵਾਰਿਆ ਮਾਂ ਪਿਓ ਪਿੰਡ ਦਾ ਨਾਂ ਚਮਕਾ ਜਾਂਦੇ ਕਿ ਜਿੰਦ ਸਵਾਰਿਆ ਮਾਂ ਪਿਓ ਪਿੰਡ ਦਾ ਨਾ ਚਮਕਾ ਜਾਂਦੇ ਵਾਕਿਆ ਚੱਲਦਾ ਹੋਇਆ ਮੰਨ ਜਾਂਦਾ ਕਿ ਨਾ ਧੁੱਪਾਂ ਦੇ ਵਿੱਚ ਸੜਦੇ ਆ ਨਾ ਵਿੱਚ ਸਿਆਲਾ ਠਰਦੇ ਆ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮਿਹਨਤਾਂ ਕਰਦੇ ਆ ਪੱਟਾਂ ਦੇ ਨਾਲ ਪੱਟਵੇ ਖੇਂਦੇ ਨਾਰੇ ਡੋਲੇ ਹਮ ਵੀ ਭਰਦੇ ਆ ਦਾ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜਦੇ ਆ ਸੁਣ ਸੋਨੂ ਗਿਰਨਗੜ ਵਾਲਿਆ ਆ ਪੰਜਾਬ ਦੇ ਸੂਰਜ ਚੜਦੇ ਆ ਸੁਣ ਸੋਨੂ ਗਿਰਨਗੜ ਵਾਲਿਆ ਆ ਪੰਜਾਬ ਦੇ ਸੂਰਜ ਚੜਦੇ ਆ ਉਹਦੇ ਨਾਲੇ ਨੋਟ ਕਰਿਓ ਮੋਹਰ ਪਹਿਲਵਾਨ ਜੀ ਦੀ ਯਾਦ ਦੇ ਵਿੱਚ 5 ਮਾਰਚ ਨੂੰ ਜਿਹੜਾ ਵੱਡਾ ਕੁਸ਼ਤੀ ਦੰਗਲ ਹੋਣ ਜਾ ਰਿਹਾ ਹੈ ਪਿੱਟੇ ਬੰਦ ਜਿੱਥੇ
ਸੋਨੇ ਪਹਿਲਵਾਨ ਦੇ ਪਿੰਡ ਜਿਹੜਾ ਵੱਡਾ ਕੁਸ਼ਤੀ ਦੰਗਲਾ ਪਿੱਟੇ ਵਾਡਾ ਜਿੱਥੇ ਕਿਰਨ ਪਹਿਲਵਾਨ ਆ ਕਿਰਨ ਭਗਤ ਤੇ ਮਨਜੀਤ ਪਹਿਲਵਾਨ ਖੱਤਰੀ ਕਿਰਨ ਭਗਤ ਮਹਾਰਾਸ਼ਟਰ ਦੇ ਮਨਜੀਤ ਪਹਿਲਵਾਨ ਖੱਤਰੀ ਸਮਿੰਦਰ ਪਹਿਲਵਾਨ ਮੋਹਾਲੀ ਦੇ ਜੱਸਾ ਪਹਿਲਵਾਨ ਪੱਟੀ ਇਹ ਧਰਮਿੰਦਰ ਪਹਿਲਵਾਨ ਆ ਮੋਹਾਲੀ ਦੇ ਜੱਸਾ ਪਹਿਲਵਾਨ ਪੱਟੀ ਧਰਮਿੰਦਰ ਪਹਿਲਵਾਨ ਮੋਹਾਲੀ ਦੇ ਜੱਸਾ ਪਹਿਲਵਾਨ ਪੱਟੀ ਕਿਰਨ ਭਗਤ ਤੇ ਮਨਜੀਤ ਖੱਤਰੀ ਇਸੇ ਤਰ੍ਹਾਂ ਨੋਟ ਕਰਿਓ 5 ਤਰੀਕ ਜਿਹੜੀ ਹੈ ਕੁਸ਼ਤੀ ਦੰਗਲ ਦੀ ਡੇਟ ਆ ਮੋਹਰ ਪਹਿਲਵਾਨ ਦੀ ਯਾਦ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਸੋਨੇ ਪਹਿਲਵਾਨ ਦੇ ਪਿੰਡ ਕਰਵਾਇਆ ਜਾਣਾ ਪਿੱਟੇ ਵਾਡਾ ਇਹ ਵੀ ਨੋਟ ਕਰਦੇ ਜਾਣ ਸਾਰੇ ਦਰਸ਼ਕ ਵੀਰ ਤੇ ਪਹਿਲਵਾਨ ਬਹੁਤ ਹੀ ਸ਼ਾਨਦਾਰ ਮੁਕਾਬਲਾ ਇਹਨਾਂ ਮੱਲਾਂ ਦੇ ਦਰਮਿਆਨ ਚੱਲਦਾ ਹੋਇਆ ਕਹਿੰਦਾ ਅੰਬਰਾ ਤਿਕਰ ਟਪਕ ਗੂੰਜਦੀ ਟਕ ਟਕ ਸੀਨਾ ਟਕੇ ਹੋ ਨਾਲ ਮਸਤ ਹਿੱਕਾਂ ਬੰਬੀਆਂ ਖੜਦੇ ਨੇ ਅੜ ਅੜ ਕੇ ਸਾਹ ਰੋਕ ਕੇ ਲੋਕੀ ਵੇਖਦੇ ਸੁੱਕੀਆਂ ਦਿਲਾਂ ਨੂੰ ਫੜ ਕੇ ਉਹ ਜੋਰਾਂ ਵਾਲੇ ਜ਼ੋਰ ਪਰਖਦੇ ਵਿੱਚ ਮੈਦਾਨੀ ਖੜਕੇ ਕਿ ਜੋਰਾਂ ਵਾਲੇ ਜ਼ੋਰ ਪਰਖਦੇ ਵਿੱਚ ਮੈਦਾਨੀ ਖੜਕੇ ਬਹੁਤ ਹੀ ਸੋਹਣਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੰਨ ਜਾਂਦਾ ਕਹਿੰਦਾ ਜਿਹਨੂੰ ਹੁੰਦਾ ਮਾਰ ਆਪਣੀ ਤਿਆਰੀ ਤੇ ਉਹੀ ਸੋਨੀ ਆਵਾਜ਼ ਦੇ ਕੇ ਹੁੰਦਾ ਲੜਦਾ ਉਹ ਖੋਰੇ ਕਿਹੜਾ ਟੱਕਰੇ ਬਗਾਨਾ ਮੂਹਰਿਓ ਹੱਥ ਜੋੜੀ ਹੁਣ ਤੱਕ ਰਹਿੰਦਾ ਪੜਦਾ ਵਿਸ਼ਕੀ ਨੂੰ ਚੜੇ ਸੱਪ ਲੜੇ ਸੱਪ ਦੇ ਟਾਂਗੜਾਂ ਦਾ ਅੱਜ ਤਰ ਕਾੜ ਤੋੜਦਾ ਉਹ ਗੱਭਰੂ ਆ ਤੋੜਾ ਤੋੜਾ ਲਾ ਕੇ ਜੋੜਦਾ ਆਏ ਹੋਏ ਸਰੋਤਿਆਂ ਦਾ ਮੁੱਲ ਮੋੜਦਾ ਕਿ ਗੱਭਰੂਆਂ ਤੋੜਾ ਤੋੜਾ ਲਾ ਕੇ ਜੋੜਦਾ ਆਏ ਹੋਏ ਸਰੋਤਿਆਂ ਦਾ ਮੁੱਲ ਮੋੜਦਾ ਬਾਈ ਦਰਸ਼ਕ ਵੀਰੋ ਵਾਕਿਆ ਜੇ ਕੁਸ਼ਤੀ ਦੇ ਕੱਲਾ ਨਜ਼ਾਰਾ ਆਇਆ ਤਾਂ ਇੱਕ ਵਾਰ ਮੱਲਾਂ ਦੀ ਹੌਸਲਾ ਬਜਾਈ ਦੇ ਲਈ ਤਾੜੀ ਮਾਰ ਦਿਓ ਜ਼ੋਰਦਾਰ ਵੀਰਾਂ ਨੂੰ ਬੇਨਤੀ ਹੈ ਕਿਉਂਕਿ ਜਿੱਤ ਹਾਰ ਉਸ ਮਾਲਕ ਦੇ ਹੱਥ ਹੈ ਪਰ ਪਹਿਲਵਾਨਾਂ ਨੇ ਕੋਈ ਕਸਰ ਨਹੀਂ ਛੱਡੀ ਪੂਰਾ ਜ਼ੋਰ ਲਾਤਾ ਗੱਭਰੂਆਂ ਨੇ ਪੂਰਾ ਜ਼ੋਰ ਲਾਤਾ ਬਸ ਬਸ 15 ਮਿੰਟ ਥੋੜੀ ਸੱਟ ਕਾ ਤਾਂ ਲੈ ਲਓ ਮੁੰਡਾ ਕੋਟ ਬੰਨ ਕੇ ਬੈਠਾ ਤੂੰ ਬਹਿ ਜਾ ਸਰਦਾਰ ਨਵਜੋਤ ਸਿੰਘ ਜੀ ਡਾਈਆ ਦਾਈਆ ਸਾਹਿਬ ਜੋ ਵੀ ਪਹੁੰਚ ਚੁੱਕੇ ਆ ਇੱਥੇ ਆਉਣ ਦੇ ਨਗਰ ਦੀ ਪੰਚਾਇਤ ਬੈਂਚ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਨਵਜੋਤ ਸਿੰਘ ਜੀ ਡਾਈਆ ਸਾਹਿਬ ਉੱਧਰ ਨੋਟ ਕਰੋ ਜਿਹੜਾ 5 ਮਾਰਚ ਨੂੰ ਪਿੱਟੇ ਵੱਢ ਦੀ ਧਰਤੀ ਤੇ ਕੁਸ਼ਤੀ ਦੰਗਲ ਹੋਣਾ ਸੋਨੇ ਪਹਿਲਵਾਨ ਦੇ ਪਿੰਡ ਦੋ ਕੁਸ਼ਤੀਆਂ ਬੰਨੀਆਂ ਹੋਈਆਂ ਧਰਮਿੰਦਰ ਪਹਿਲਵਾਨ ਕੋਹਾਲੀ ਤੇ ਜੱਸਾ ਪਹਿਲਵਾਨ ਪੱਟੀ ਕਿਰਨ ਭਗਤ ਪਹਿਲਵਾਨ ਮਹਾਰਾਸ਼ਟਰ ਦੇ ਮਨਜੀਤ ਖੱਤਰੀ ਪਹਿਲਵਾਨ ਸਾਡੇ ਬਹੁਤ ਦਿੱਲੀ ਜੋ ਇਹਨਾਂ ਤੋਂ ਸਰਪੰਚ ਸਰਦਾਰ ਗੁਪਿਆ ਸਿੰਘ ਜੀ ਫਿਰ ਉਹ ਵੀ ਨਾਲ ਪਹੁੰਚੇ ਆ ਉਹਨਾਂ ਦਾ ਵੀ ਇੱਥੇ ਆਉਣ ਦੇ ਖਿੱਚ ਕਮੇਟੀ ਦੇ ਨਗਰ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਦਿੱਤ ਜੀ ਇਹ ਜਿਹੜਾ ਕੁਸ਼ਤੀ ਦੰਗਲ ਆ ਪਿੱਟੇ ਵੱਢ ਦੀ ਧਰਤੀ ਤੇ ਇਹ ਪਦਾਰਥ ਪਹਿਲਵਾਨ ਜੀ ਦੀ ਦੇਖ ਰੇਖ ਦੇ ਵਿੱਚ ਕਰਾਇਆ ਜਾਣਾ ਹੈ ਮੋਹਰ ਪਹਿਲਵਾਨ ਜੀ ਦੇ ਯਾਦ ਦੇ ਵਿੱਚ ਇਹ ਵੀ ਨੋਟ ਕਰਿਓ ਸੱਤੇ ਪੱਧਰ ਵਾਲੇ ਮੰਨ ਘੁੱਲ ਕੇ ਹਿੰਦੁਸਤਾਨ ਦਾ ਵੱਡਾ ਕੁਸ਼ਤੀ ਦੇ ਜਿਹੜਾ 5 ਮਾਰਚ ਵਾਲੇ ਦਿਨ ਕਰਾਇਆ ਜਾਣਾ ਹੈ ਤੇ ਮੈਦਾਨ ਦੇ ਵਿੱਚ ਚੱਲਦੀ ਹੈ ਕੁਸ਼ਤੀ ਦੇਖਾਂਗੇ ਕੌਣ ਇਸ ਨਾਲ ਕੁਰ ਫਿਰਦਾ ਹੈ ਕਿ ਖੂਨ ਅਵਾਲੇ ਮਾਰਦਾ ਤੇ ਸਰ ਕਰਨ ਵਾਲੇ ਸਾਰੇ ਭੌਰੀਆਂ ਨੇ ਛੱਲਿਆ ਗੁਲਾਬ ਖਾ ਲਿਆ ਹੁਣ ਲੋਹੇ ਨਾਲ ਪਾਏ ਸੱਤ ਖਾਂਗੇ ਜੱਟ ਨੂੰ ਤੇ ਨਸ਼ੀਆਂ ਨੇ ਰੰਗਲਾ ਪੰਜਾਲ ਖਾ ਲਿਆ ਤੇ ਨਸ਼ੀਆਂ ਨੇ ਉਹ ਮਾਰੇ ਮਾਰੋ ਜੋ ਵੀ ਨਾ ਰੇਟ ਕਰਵਾਉਣਾ